ਸੋ ਪਿਆਰੇ ਦਰਸ਼ਕੋ, ਆਪਾਂ ਸੋ ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਹੋ ਪਿੰਡ ਪਿੰਡ ਤੁਸੀਂ ਦੇਖ ਰਹੇ ਹੋ ਪਿੰਡ ਪੰਡੋਰੀ ਖਾਸ ਜੋ ਕਿ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਜਿਸ ਦੇ ਸੰਬੰਧ ਵਿੱਚ ਹੁਣ ਸਤਸੰਗ ਦੀ ਆਰੰਭਤਾ ਹੋਣ ਲੱਗੀ ਆ। ਸੋ ਤੁਸੀਂ ਹੁਣ ਸਤਸੰਗ ਦਾ ਆਨੰਦ ਮਾਣੋਗੇ। ਸੋ ਸਮੂਹ ਪ੍ਰਬੰਧਕ ਕਮੇਟੀ, NRI ਵੀਰ ਅਤੇ ਗ੍ਰਾਮ ਪੰਚਾਇਤ, ਸਾਰੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ। ਸੋ ਤੁਸੀਂ ਹੁਣ ਜਿਹੜਾ ਸਤਸੰਗ ਦਾ ਆਨੰਦ ਮਾਣਨਾ ਆ, ਸੋ ਸਾਰਿਆਂ ਨੂੰ ਜੀ ਆ ਧੰਨਵਾਦ। ਮੈਂ ਪੰਜਾਬੀ ਮੇਲੇ ਵੱਲੋਂ ਸੁਰਿੰਦਰ ਜਾਵੜ। Hallelujah.
Thank you.
Thank you.
यार क्या हेलो 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 So
ਸਾਡੇ ਜਿਹੜੇ ਅੱਜ ਦੇ ਕੀਰਤਨੀ ਜਥੇ ਹਨ ਅਮਰ ਸਿੰਘ ਜੀ ਪਟੇ ਸਾਹਿਬ ਜੋ ਕਿ ਡੇਢ ਘੰਟੇ ਵਾਸਤੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਸਾਡੇ ਬੂਟਾ ਸਿੰਘ ਜੀ ਪਰਮ ਤੋਂ ਰੁੱਗੀ ਵਾਲੇ ਜਿਹਨਾਂ ਦਾ ਜਸਾ ਭਾਈ ਰਜੀਤ ਸਿੰਘ ਜੀ ਉਹ ਵੀ ਸਾਡੇ ਕੋਲ ਪਹੁੰਚ ਗਏ ਹਨ। ਦੋ ਘੰਟਿਆਂ ਵਾਸਤੇ ਉਹ ਵੀ ਸੰਗਤਾਂ ਨੂੰ ਆਪਣੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੋ ਬੋਲੇ ਸੋ ਨਰਪੈ ਬੋਲ ਬਾਹਰ ਵੀ ਸਾਰੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰਾ, ਅਸੀਂ ਪੰਜਾਬੀ ਮੇਲੇ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਬਾਬਾ ਜੀ ਆ ਸ਼ੁਰੂ ਕਰੋ, ਗੇਮ ਚਾਲੂ ਆ ਇੱਧਰ। ਜੋ ਬੋਲੇ ਸੋ ਨਰਪੈ ਬੋਲ ਬਾਲ ਵੀ ਭਗਵਾਨ ਕੀ ਜੈ। ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿਉਂਕਿ ਜੋ ਸਾਡੇ ਕੋਲ ਰਾਤੀ ਜਥੇ ਪਹੁੰਚ ਚੁੱਕੇ ਹਨ, ਜਲਦੀ ਤੋਂ ਜਲਦੀ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਕੀਰਤਨੀ ਜਸਾ ਸ਼ੁਰੂ ਕਰ ਸਕੀਏ। ਸੋ ਫਿਰ ਦੁਬਾਰਾ ਬੇਨਤੀ ਹੈ, ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ, ਜਲਦੀ ਤੋਂ ਜਲਦੀ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਾਡੇ ਕੋਲ ਆਏ ਹੋਏ ਕੀਰਤਨੀ ਜਸਾ ਅਮਰ ਸਿੰਘ ਜੀ ਪੱਟੀ ਜੋ ਕਿ ਕੀਰਤਨ ਰਾਹੀਂ ਆਪਣੀ ਸੰਗਤਾਂ ਨੂੰ ਨਿਹਾਲ ਕਰਨਗੇ। ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਜੀ ਰਣਜੀਤ ਸਿੰਘ ਜੀ ਜੋ ਕਿ ਦੋ ਢਾਈ ਘੰਟੇ ਵਾਸਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਿਹਨਾਂ ਦੇ ਗੁਰੂ ਉਸਤਾਦ ਬੂਟਾ ਸਿੰਘ ਜੀ ਪਰਮ ਤੋਂ ਰੋਗੀ ਵਾਲੇ ਉਹ ਵੀ ਸਾਡੇ ਕੋਲ ਪਹੁੰਚੇ ਹਨ, ਜੋ ਕਿ ਸਾਡੇ ਇਸ ਬਾਬਾ ਬਿਸ਼ਨ ਦਾਸ ਦਾਸੀ ਜੀ ਦੇ ਬਹੁਤ ਹੀ ਪੁਰਾਣੇ ਚੇਲੇ ਹਨ, ਜਿਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਜਦਕਿ 13 ਸਾਲ ਦੀ ਉਮਰ ਸੀ ਉਹਨਾਂ ਦੀ, ਜਿਹਨਾਂ ਨੇ ਇੱਥੇ ਗੁਰ ਧਾਰਨਾ ਕੀਤੀ। ਸੋ ਅੱਜ ਫਿਰ ਉਹ ਸਾਡੇ ਕੋਲ ਹਾਜ਼ਰ ਹੋਣ ਲੱਗੇ ਹੈ ਬਹੁਤ ਦੇਰ ਬਾਅਦ। ਸੋ ਅਮਰ ਸਿੰਘ ਜੀ ਪੱਟੀ ਨੂੰ ਮੈਂ ਬੇਨਤੀ ਕਰਾਂ ਕਿ ਉਹ ਆਪਣੇ ਪੋਜੀਸ਼ਨ ਲੈ ਕੇ ਸਟੇਜ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ। ਉਸ ਤੋਂ ਉਪਰੰਤ ਕਿਉਂਕਿ ਜ਼ਿਆਦਾ ਸਮਾਂ ਫਿਰ ਹੋ ਜਾਣਾ ਆ, ਆਪਣੀ ਮਰਜ਼ੀ ਨਾਲ ਉਹਨਾਂ ਦੋ ਢਾਈ ਘੰਟੇ ਜਿਹੜੇ ਲਾਉਣੇ ਲਾ ਲੈਣ ਅਮਰ ਸਿੰਘ ਜੀ ਪੱਟੀ। ਸੋ ਬਾਕੀ ਨੌਜਵਾਨਾਂ ਨੂੰ ਸਾਡੇ ਨੂੰ ਮੈਂ ਬੇਨਤੀ ਕਰਦਾ ਕਿ ਜਿੱਦਾਂ ਜਿੱਦਾਂ ਸੇਵਾ ਸੰਗਤ ਦੀ ਲਾਈ ਆ, ਜਾਂ ਕਿਸੇ ਦੀ ਚਾਹ ਦੀ ਸੇਵਾ ਲਾਈ ਆ, ਜਾਂ ਕਿਸੇ ਹੋਰ ਪ੍ਰਸ਼ਾਦ ਦੀ ਸੇਵਾ ਲਾਈ ਆ, ਉਹ ਚਾਹ ਦੇ ਪਹਿਲਾਂ ਅਨਾਊਂਸ ਕਰ ਦੇਣਾ ਚਾਹੀਦਾ। ਸੋ ਸ਼ਨੀ ਕੁਮਾਰ ਸਾਨੂੰ ਅਮਰਜੀਤ ਜੀ ਜਿਹਨਾਂ ਵੱਲੋਂ ਕੇਲਿਆਂ ਦਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਸੋ ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਉਹਨਾਂ ਦੇ ਕਿਰਤ ਕਮਾਈਆਂ ਵਿੱਚ ਵਾਧੇ ਪਾਵੇ, ਕਾਰਜ ਰਾਸ ਕਰੇ। ਸੋ ਇਸੇ ਤਰ੍ਹਾਂ ਹੋਰ ਜਿਹਨਾਂ ਦੀ ਸੇਵਾ ਲੰਗਰ ਦੀ ਆਈ ਆ ਉਹਨਾਂ ਦਾ ਵੀ ਸ਼ੀਰੇ ਤੇ ਰੱਖ ਦਿਓ,
ਉਹਨਾਂ ਦਾ ਵੀ ਲਾਂਚ ਕੀਤਾ ਜਾਵੇ ਕਿਉਂਕਿ ਚਾਹ ਤੋਂ ਪਹਿਲਾਂ ਜਿਹੜਾ ਲੰਗਰ ਆ ਇਹ ਵਰਤਾਇਆ ਜਾਣਾ ਚਾਹੀਦਾ। ਸੋ ਸਾਰੀਆਂ ਸੰਗਤਾਂ ਨੂੰ ਫਿਰ ਦੁਆਰਾ ਬੇਨਤੀ ਆ ਭਾਈ ਜਿੱਥੇ ਜਿੱਥੇ ਸੇਵਾ ਲਾਈ ਆ ਆਪੋ ਆਪਣੀ ਸੇਵਾ ਨਿਭਾਉਣ ਖਿਆਲ ਦੇ ਨਾਲ, ਜਿਹਨਾਂ ਦੀ ਪ੍ਰਸ਼ਾਦ ਦੀ ਸੇਵਾ ਲਾਈ ਆ ਪ੍ਰਸ਼ਾਦ ਤੇ, ਜਿਹਨਾਂ ਦੀ ਚਾਹ ਦੇ ਲੰਗਰ ਤੇ ਸੇਵਾ ਲਾਈ ਆ ਉਹ ਚਾਹ ਦੇ ਲੰਗਰ ਤੇ ਰਹਿਣ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਅਮਰ ਸਿੰਘ ਪੱਟੀ ਤੁਹਾਡੇ ਸਾਹਮਣੇ ਡੇਢ ਘੰਟੇ ਵਾਸਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੀਏ। ਅਮਰ ਸਿੰਘ ਜੀ ਪੱਟੀ ਤੋਂ ਸਾਡੇ ਸਟੇਟ ਸੈਕਟਰੀ, ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਅਨਾਊਂਸ ਕਰਨਾ, ਉਹਨਾਂ ਨੂੰ ਬੇਨਤੀ ਆ ਵੀ ਜੇ ਉਹ ਅੱਗੇ ਇਲਾਕੇ ਬੰਨੇ ਆਏ ਬੈਠੇ ਆ ਤੇ ਉਹ ਸਟੇਜ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੀ, ਕਿਉਂਕਿ ਸਾਡੇ ਲਹੂਰੀ ਕੰਮ ਬਹੁਤ ਆਉਂਦੇ ਆ, ਸਟੇਜ ਸੈਕਟਰੀ ਦਾ ਅਸੀਂ ਕਰਨੀ ਆਉਂਦੀ ਹੈ ਸਾਨੂੰ, ਉਹਨਾਂ ਨੂੰ ਬੇਨਤੀ ਆ ਵੀ ਜੋ ਕਿਤੇ ਸਾਡੀ ਆਵਾਜ਼ ਸੁਣਦਾ ਤੇ ਉਹ ਸਟੇਜ ਉੱਤੇ ਆ ਜਾਣ। ਧੰਨਵਾਦ ਸਾਰਿਆਂ ਦਾ। ਜੋ ਬੋਲੀ ਸਤੋਤਰ ਪੈ ਬੋਲ ਬਾਹਰ ਵਿੱਚੋਂ ਹਾਂ ਜੀ ਬੇਨਤੀ ਆ ਸਾਡੇ ਅਮਰ ਸਿੰਘ ਪੱਟੀ ਜੀ ਨੂੰ ਸਟੇਜ ਆ ਕੇ ਸ਼ੁਰੂਆਤ ਕਰ ਦੇਣ। ਅਮਰ ਸਿੰਘ ਪੱਟੀ ਜੀ ਜੋ ਬੋਲੇ ਸੋਧਨ ਪੈ ਸੰਤਨ ਫਿਰ ਦੁਆਰਾ ਬੇਨਤੀ ਆ ਫਿਰ ਜਲਦੀ ਤੋਂ ਜਲਦੀ ਆਪਣੇ ਕੰਮਾਂ ਕਰ ਚੁੱਕੇ ਜੋ ਕਿ ਪੰਡਾਲ ਦੇ ਵਿੱਚ ਪਹੁੰਚੋ, ਪੰਡਾਲ ਦੀ ਰੌਣਕ ਨੂੰ ਵਧਾਓ ਤਾਂ ਕਿ ਜੋ ਸਾਡੇ ਕੋਲ ਰਾਗੀ ਦੱਸੇ ਆਏ ਹਨ ਉਹਨਾਂ ਦਾ ਵੀ ਹੌਸਲਾ ਤਾਂ ਹੀ ਵੱਧਦਾ ਜੇ ਸੰਗਤ ਵਿੱਚ ਹੀ ਹੋਵੇ ਤਾਂ। ਤੋਂ ਦੁਆਰਾ ਫਿਰ ਬੇਨਤੀ ਵਿੱਚ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਪਹੁੰਚੋ, ਪੰਡਾਲ ਦੀ ਰੌਣਕ ਨੂੰ ਵਧਾਓ ਔਰ ਕੀਰਤਨ ਦਾ ਆਨੰਦ ਮਾਣੋ, ਗੁਰੂ ਘਰ ਦੀਆਂ ਸਿੱਖਿਆ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ। ਜੋ ਬੋਲੀ ਸੋਨ ਪੈ ਬੋਲ ਬਾਹਰ ਵਿੱਚੋਂ ਹਾਲ ਕੀ ਜਾਏ। ਗਾਤਾ ਤੂੰ ਨਾ ਕਰੇ ਤਾਂ ਹੋਰ ਕਰੇ ਕਿਹੜਾ, ਮੇਰੀਆਂ ਅੱਖ ਵੀ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਬਿਗੜਾ ਮੇਰੇ, ਲੋਕੀ ਤੱਕ ਦੇ ਐਬ ਬਿਨਾ ਮੇਰੇ, ਮੈਂ ਤੱਕਦਾ ਰਹਿਮ ਤੀਰੀਆਂ ਨੂੰ। ਜੋ ਬੋਲੇ ਸੋਨਰ ਪੈ ਬੋਲ ਬਾਲਿਕ ਭਗਵਾਨ ਕੀ ਜੈ। ਬਾਲਿਕ ਸ਼ਕਤੀ ਬਾਲਿਕ ਜੋਤ, ਜੋ ਬੋਲੇ ਸੋਨ ਪੈ ਬੋਲ ਬਾਲੀ ਕੋਹਾਲ ਕੀ ਜੈ। ਬਹੁਤ
ਤੇਰੇ ਤਾਰੂ ਮਰ ਗਏ ਅੜਕੇ ਉਹ ਜੀ ਸਿਪਾਹੀ ਨੇ ਅੱਜ ਲੰਘ ਜਾਣਾ ਤੇ ਉਹਨੇ ਫੇਰ ਨੀ ਆਉਣਾ ਭੜਕੇ ਉਹ ਬੇੜੀ ਪੂਰ ਤਰੰਗਣ ਦੀਆਂ ਕੁੜੀਆਂ ਨੇ ਕੱਲ ਫੇਰ ਨੀ ਪੈਣਾ ਰੜਕੇ ਕੁਛ ਪੇਕੇ ਕੁਛ ਸੋਹਣੇ ਤੁਰੀਆਂ ਤੇ ਕੁਛ ਵਿਛੜ ਗਈਆਂ ਨੀ ਮਰਕੀ ਕੁਛ ਵਿਛੜ ਗਈਆਂ ਨੀ ਮਰਕੀ ਜੋ ਬੋਲੀ ਸੋ ਦਿਨ ਪਏ ਬੋਲ ਬਾਲ ਦੀ ਪਵਾਲ ਕੀ ਪਰਮ ਸਤਾਜੋ ਸੋ ਸੰਤਾਂ ਨੂੰ ਬੇਨਤੀ ਹੈ ਅਮਰ ਸਿੰਘ ਜੀ ਪੱਟੀ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਹਨ ਇਹ ਸਾਨੂੰ ਪਤਾ ਬੀਬੀਆਂ ਨੇ ਗਾਣਾ ਬਾਬਾ ਜੀ ਹੋਰ ਇੱਕ ਸ਼ਬਦ ਲਾ ਦਿਓ ਇੱਕ ਗੀਤ ਹੋਰ ਗਾ ਦਿਓ ਹੁਣ ਆ ਕੇ ਜਿੰਨਾ ਸੁਣਨਾ ਸੁਣ ਲਓ ਤੇ ਫਿਰ ਬਾਅਦ ਵਿੱਚ ਬਾਬਾ ਜੀ ਦਾ ਟਾਈਮ ਹੋ ਜਾਣਾ ਤੇ ਤੁਸੀਂ ਕਿਹੜਾ ਬਾਬਾ ਜੀ ਹੋਰ ਸੁਣਾਓ ਤੇ ਅਸੀਂ ਬਾਬਾ ਜੀ ਨੂੰ ਇਸ਼ਾਰੀ ਕਰਦੇ ਬਾਬਾ ਜੀ ਕਿਹੜਾ ਟਵਿੱਟਰ ਇਸ਼ਾਰੀ ਕਰਦੇ ਹੁਣ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਪਹੁੰਚੋ ਪੰਡਾਲ ਦੀ ਰੌਣਕ ਨੂੰ ਵਧਾਓ ਆਏ ਹੋ ਜੱਥੇ ਕੀਰਤਨੀ ਜੱਥਿਆਂ ਦੇ ਬਰਸਦਾਰ ਸੁਣੋ ਜਿਹੜੀ ਚੰਗੀ ਚੀਜ਼ ਹੁੰਦੀ ਨਾ ਉਹਦੀ ਫਿਰ ਡਿਮਾਂਡ ਬਹੁਤ ਹੁੰਦੀ ਆ ਇਸ ਵਾਸਤੇ ਥੋੜਾ ਜਿਹਾ ਆਵਾਜ਼ ਅੱਛਾ ਹਾਂ ਹਾਂ ਮੈਂ ਬੇਨਤੀ ਕਰਨ ਲੱਗਾ ਹਾਂ ਵੀ ਪ੍ਰੋਗਰਾਮ ਮੈਂ ਸ਼ੁਰੂ ਕਰ ਦੇਣਾ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਮੈਂ ਤੁਹਾਡਾ ਆਪਣਾ ਹੀ ਹਾਂ ਕੋਈ ਗੱਲ ਏਦੀ ਨਹੀਂ ਇੱਕ ਤਾਂ ਆਉਂਦਾ ਵੀ ਬਹੁਤ ਦੂਰੋਂ ਆਏ ਤੇ ਇੱਥੇ ਤਾਂ ਮੈਂ 8-7 ਸਾਲ ਰਿਹਾ ਆ ਬਥੇਰਾ ਗਾਇਆ ਇਤਿਹਾਸ ਬੜਾ ਗਾਇਆ ਅੱਜ ਮੇਰਾ ਵਿਚਾਰ ਆ ਮੈਨੂੰ ਤਾਂ 5-7 ਮਿੰਟ ਜ਼ਿਆਦਾ ਲੱਗ ਗਏ ਬਈ ਮੇਰਾ ਵਿਚਾਰ ਆ ਵੀ ਪਾਂਡਵਾਂ ਦਾ ਜੱਗ ਹੋਰ ਬਹੁਤ ਬਨਵਾਸ ਸੀਤਾ ਬਨਵਾਸ ਮੇਰਾ ਅੱਜ ਵਿਚਾਰ ਇਹ ਆ
ਵੀ ਜਿਵੇਂ ਢਾਡੀ ਗਾਉਂਦੇ ਆ ਖੜੇ ਹੋ ਕੇ, ਏਦਾਂ ਨਾ ਕਰੋ ਜੀ, ਹੋਰ ਨਾ ਕੋਈ ਵੀ ਮੈਂ ਮੇਜ਼ ਮੈਂ ਤਾਂ ਮੰਗਿਆ ਪਰ ਮੇਜ਼ ਅਜੇ ਤੁਸੀਂ ਆਇਆ ਹੀ ਨਹੀਂ, ਤਾਂ ਥੋੜਾ ਟਾਈਮ ਵੱਧ ਰਿਹਾ ਤੇ ਪ੍ਰੋਗਰਾਮ ਸ਼ੁਰੂ ਕਰ ਦੇਣਾ। ਮੈਂ ਸੰਗਤਾਂ ਨੂੰ ਬੇਨਤੀ ਕਰਾਂ ਵੀ ਜਿਹੜੀਆਂ ਅਜੇ ਬੀਬੀਆਂ ਨੌਜਵਾਨ ਬਜ਼ੁਰਗ ਅਜੇ ਘਰੀ ਬੈਠੇ ਸਲਾਹ ਕਰਦੇ ਵੀ ਅਜੇ ਕਿਹੜਾ ਪ੍ਰੋਗਰਾਮ ਸ਼ੁਰੂ ਹੋਇਆ, ਕੋਈ ਪ੍ਰੋਗਰਾਮ ਸਮਝ ਲਓ ਸ਼ੁਰੂ ਆ, ਮੈਂ ਗਾਉਣਾ ਮੈਂ ਬੋਲ ਰਿਹਾ, ਆ ਜਾਓ ਜਲਦੀ ਆ ਜਾਓ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੋ, ਬੈਠ ਕੇ ਕਿਉਂਕਿ ਆਹ ਜਿਹੜਾ ਦਿਨ ਅੱਜ ਦਾ ਨਾ ਗੁਰੂ ਪਿਆਰਿਓ ਸਾਲ ਬਾਅਦ ਆਉਣਾ ਤੇ ਨਦੀ ਨਾਲ ਸੰਜੋਗੀ ਮੇਲੇ, ਮੈਂ ਅੱਜ ਤੋਂ 3 ਸਾਲ ਪਹਿਲਾਂ ਇਸ ਸਟੇਜ ਤੇ ਕੀਰਤਨ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਸਾਲ ਬਾਅਦ ਆਪਣੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਮੱਸਿਆ ਦਾ ਚੇਤ ਚੌਦੇ ਵਾਲੀ ਉਸ ਉੱਤੇ ਮੈਂ ਹਰ ਸਾਲ ਆਉਣਾ ਤੇ ਅੱਜ ਫਿਰ ਤੁਹਾਡੀ ਕਿਰਪਾ ਹੋ ਗਈ ਸਾਧ ਸੰਗਤ ਦੀ, ਮੇਰੇ ਕੋਲ ਉਸ ਦਿਨ ਬਾਬਾ ਜੀ ਸੋਢੀ ਸਾਹਿਬ ਹੋਰ ਨੌਜਵਾਨ ਨਾਲ ਗਏ ਤੇ ਮੈਨੂੰ ਇਹ ਪ੍ਰੋਗਰਾਮ ਦੇ ਆਏ ਤੇ ਇੱਕ ਗੱਲ ਮੈਂ ਪਹਿਲਾਂ ਦੱਸ ਦਿਆਂ ਬਈ ਪਰਸੋਂ ਦਾ ਪ੍ਰੋਗਰਾਮ ਚੱਲਦਾ ਆ, ਕੱਲ ਖਾਲਸਾ ਸੰਘੇ ਸੀ ਪਰਸੋਂ ਪ੍ਰਤਾਪਰੀ ਸੀ ਤੇ ਅੱਜ ਤੁਹਾਡੇ ਵਿੱਚ ਆ ਤੇ ਹੁਣ ਗੱਲ ਇਹ ਕਿਹਾ ਬਈ ਯਾਰ ਤੁਹਾਡੀ ਕਿਰਪਾ ਨਹੀਂ ਤਾਂ ਬੁੱਢਾ ਬੰਦਾ ਤਾਂ ਆ ਨਹੀਂ ਸਕਦਾ, ਗਾਉਣਾ ਬਹੁਤ ਔਖਾ ਆ, ਦੀਪੂ ਮੇਰੀ ਵੱਲ ਦੇਖੀ ਜਾਂਦਾ ਵੀ ਪ੍ਰੋਗਰਾਮ, ਮੈਂ ਕਾਕਾ ਦੇਖਦਾ ਵੀ ਮੇਜ ਲਿਆ ਦਿਓ ਤੇ ਬਹਿ ਕੇ ਸ਼ੁਰੂ ਕਰਦੇ ਆ, ਮੇਜ ਕਿਤੇ ਦੂਰ ਲੈਣ ਚਲੇ ਗਏ, ਆਉਂਦਾ ਆ ਗਿਆ ਲੈ ਲੈ ਸੋਢੀ ਸਾਹਿਬ ਵੀ ਆ ਗਏ, ਮੇਜ ਵੀ ਆ ਗਿਆ, ਨਾ ਦੋਵੇਂ ਕੰਮ ਹੋ ਗਏ, ਕਹਿਣ ਦੀ ਦੇਰ, ਮੈਂ ਕਿਹਾ ਮੈਂ ਬਹਿ ਕੇ ਸ਼ੁਰੂ ਕਰਦੇ ਆ ਕਿਉਂਕਿ ਇਹ ਨਾ ਹੋਏ ਵੀ ਹੈ, ਮੇਰਾ ਲੱਗਦਾ ਰਾਤਾਂ ਵੀ ਲੜੀ ਬਾਰ ਤੁਹਾਨੂੰ ਗੱਲ ਦੀ ਵੀ ਕਿਹੜੀ ਸਮਝ ਲੱਗੀ ਤੇ ਜਿਵੇਂ ਬਾਜਾ ਬੂਜਾ ਵਜਾ ਕੇ ਰੋਲੀ ਰੋਲੀ ਪਾ ਕੇ ਚਲਾ ਗਿਆ ਤੇ ਆਨੰਦ ਨਹੀਂ ਹੁੰਦਾ, ਲੈ ਆਹ ਬਣੀ ਗੱਲ ਹੁਣ, ਹਾਂਜੀ ਹੁਣ ਬਣ ਗਈ ਗੱਲ, ਜਿੰਨੇ ਯੁਵਾ ਬੱਚੀਆਂ ਨਾ ਇੱਕ ਆਪੇ ਆਪਣੇ ਦੀਪੂ ਸਾਹਿਬ ਨੂੰ ਵੀ ਇਹ ਖਲੋਤੇ ਰਹਿਣ ਦੇ ਸ਼ਬਦ, ਬਾਕੀ ਮੈਂ ਜਿੰਨੇ ਨੌਜਵਾਨ ਫਿਰਦੇ ਤੁਰਦੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਮੇਰੇ ਸਾਹਮਣੇ ਆ ਕੇ ਬੈਠੋ ਤਾਂ ਕਿ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਾਂ।